ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਅੱਜ ਦਿਨ ਤੁਹਾਨੂੰ ਨਵੀਂ ਨੋਟੀਫਿਕੇਸ਼ਨ ਦਿਨੇ ਬਾਅਦੋਂ ਕਿਸੇ ਜਲਦੋਂ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਮੈਂਟ ਜੌਬ ਦੀ ਨਿਊਜ਼ ਹੋਵੇ ਤੇ ਜਿਹੜੀ ਅੱਜ ਅਸੀਂ ਤੁਹਾਡੇ ਲਈ ਨਿਊਜ਼ ਲੈ ਕੇ ਆਈਆਂ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਛੁੱਟੀ ਐਲਾਨੀ ਗਈ ਹੈ ਉਹਨੂੰ ਲੈ ਕੇ ਇਹ ਨਿਊਜ਼ ਹੈ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹਦੀ ਸੂਚਨਾ ਆਈ ਹੈ ਇਹ ਹੈ ਮਿਤੀ ਜਿਹੜੀ ਅੱਜ ਦੀ ਲਿਖੀ ਹੈ 2 11 2018 ਇਹ ਅੱਜ ਜਿਹੜਾ ਪਬਲਿਕ ਨੋਟਿਸ ਆਇਆ ਸਰਕਾਰ ਵੱਲੋਂ ਉਹ ਹੈ ਆਪਾਂ ਪੜਦੇ ਹਾਂ ਪੂਰੀ ਨਿਊਜ਼ ਹੈ ਕਿ ਤੁਹਾਨੂੰ ਅਸੀਂ ਪਹਿਲਾਂ ਦੱਸ ਦਈਏ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਜਰੂਰ ਕਰਿਓ ਵੀਡੀਓ ਨੂੰ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਦੱਸਿਓ ਕਮੈਂਟ ਕਰਕੇ ਇਹ ਅਦिसूਚਿਤ ਕੀਤਾ ਜਾਂਦਾ ਹੈ ਕਿ ਵਿਸ਼ਵ ਕਰਮਾ ਦਿਵਸ ਦੇ ਅਵਸਰ ਤੇ ਮਿਤੀ 8 ਨਵੰਬਰ 2018 ਵੀਰਵਾਰ ਨੂੰ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਬੋਰਡਾਂ ਕਾਰਪੋਰੇਸ਼ਨਾਂ ਤੇ ਹੋਰ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਰਾਖਵੀਂ ਛੁੱਟੀ ਦੀ ਬਜਾਏ ਗਜਟਡ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ। ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜਾ ਅੱਜ ਦਾ ਨੋਟਸ ਆਇਆ ਹੈ ਇਹ ਨੋਟਸ ਇਹੀ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ 8 ਨਵੰਬਰ ਵੀਰਵਾਰ ਨੂੰ ਜਿਹੜੀ ਛੁੱਟੀ ਹੈ ਉਹ ਗਜਟਡ ਛੁੱਟੀ ਹੈ ਜਿਹੜੀ ਉਹ ਘੋਸ਼ਿਤ ਕਰ ਦਿੱਤੀ ਹੈ। ਤੁਸੀਂ ਦੇਖੋਗੇ ਥੱਲੇ ਮੁੱਖ ਸਕੱਤਰ ਜਿਹੜੇ ਪੰਜਾਬ ਉਹਨਾਂ ਦੇ ਸਾਈਨ ਵੀ ਹੈ ਕਰਨ ਅਵਤਾਰ ਸਿੰਘ ਇਹ ਹੋਰ ਜਿਹੜੇ ਵੀ ਦਫ਼ਤਰਾਂ 'ਚ ਭੇਜਣਾ ਹੈ ਉਹ ਦਫ਼ਤਰ ਵੀ ਲਿਖਿਆ ਏ ਥੱਲੇ ਆ ਦੇਖੋ ਇਹ ਜਿਹੜੀ ਨਿਊਜ਼ ਸੀ ਛੁੱਟੀ ਦੀ ਲੈ ਕੇ ਜੋ ਕਿ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦਿੱਤੀ ਤੇ ਤੁਸੀਂ ਬਨੇ ਰਹੋ ਸਾਡੇ ਨਾਲ ਵੀਡੀਓ ਤੁਹਾਨੂੰ ਕੇਜ ਜੀ ਲੱਗੀ ਸਾਨੂੰ ਦੱਸਿਓ ਜਰੂਰ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਖਾਮੀ ਵੀ ਲੱਗੀ ਉਹ ਵੀ ਦੱਸੋ ਜੇ ਵਧੀਆ ਲੱਗੇ ਤਾਂ ਤੁਸੀਂ ਇਹਨੂੰ ਲਾਈਕ ਕਰੋ ਬਨੇ ਰਹੋ ਸਾਡੇ ਨਾਲ ਧੰਨਵਾਦ